ਹੈਲੋ। ਹਾਂਜੀ, ਇਸ ਵੇਲੇ ਅਸੀਂ ਮਾਜਰੀ ਠੇਕੇਦਾਰਾਂ ਵਿਖੇ ਖੜੇ ਹਾਂ। ਆਪ ਜੀ ਨੂੰ ਪਤਾ ਹੈ ਕੋਰੋਨਾ ਦਾ ਕਰੋਪ ਜਿਹੜਾ ਬਿਲਕੁਲ ਪੂਰੀ ਦੁਨੀਆ ਦੇ ਉੱਤੇ ਛਾਇਆ ਹੋਇਆ ਅਤੇ ਪੂਰੇ ਦੇਸ਼ ਦੇ ਵਿੱਚ ਲੋਕਡਾਊਨ ਜਾਂ ਕਰਫਿਊ ਦੇ ਲੱਗਿਆ ਹੋਇਆ ਜੀ। ਪਰ ਇਸ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਮਾਸਕ ਨਹੀਂ ਮਿਲ ਰਹੇ ਨੇ, ਮਾਸਕ ਬਹੁਤ ਜ਼ਿਆਦਾ ਕੀਮਤ ਦੇ ਵਿੱਚ ਵਿਕ ਰਹੇ ਨੇ, ਮਾਸਕ ਜਿਹੜਾ 25-10 ਰੁਪਏ ਦਾ ਮਾਸਕ 50 ਰੁਪਏ ਦਾ ਮਿਲ ਰਿਹਾ ਜਾਂ 100 ਰੁਪਏ ਦਾ ਮਿਲ ਰਿਹਾ। ਅਤੇ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਰਹੇ ਅਸੀਂ ਅੱਜ ਪਿੰਡ ਜਿਹੜਾ ਮਾਜਰੀ ਠੇਕੇਦਾਰਾਂ ਵਿਖੇ ਦਰਸ਼ਨ ਸਿੰਘ ਦੇ ਘਰ ਪਹੁੰਚੇ ਹਾਂ, ਜੋ ਕਿ ਰਾਏ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ। ਅਤੇ ਇਹਨਾਂ ਦੀ ਬੇਟੀ ਜਿਹੜੀ ਹੈ ਮਨਦੀਪ ਕੌਰ, ਜੋ ਕਿ ਫੈਸ਼ਨ ਡਿਜ਼ਾਇਨਰ ਦਾ ਕੋਰਸ ਕਰ ਰਹੀ ਸੀਗੀ, ਉਹਨੇ ਆਪਣੇ ਇਸ ਫੈਸ਼ਨ ਡਿਜ਼ਾਇਨਰ ਦਾ ਕੋਰਸ ਕਰਨ ਦੇ ਨਾਲ ਨਾਲ ਉਹਨਾਂ ਨੇ ਅੱਜ ਵੱਡਾ ਉਪਰਾਲਾ ਜਿਹੜਾ ਕੀਤਾ ਕਿ ਉਹਨਾਂ ਵੱਲੋਂ ਘੱਟੋ ਘੱਟ ਵੀ 500 ਜਿਹੜੇ ਮਾਸਕ ਜਿਹੜੇ ਆ ਰੋਪੜ ਦੇ ਡਿਪਟੀ ਕਮਿਸ਼ਨਰ ਨੂੰ ਦੇਣ ਦਾ ਜਿਹੜਾ ਨਿਸ਼ਚੇ ਕੀਤਾ। ਅਸੀਂ ਅੱਜ ਗੱਲ ਵੀ ਕਰਾਂਗੇ, ਇਹਨਾਂ ਦੇ ਫਾਦਰ ਸਾਹਿਬ ਹਨ ਸਾਡੇ ਨਾਲ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦਰਸ਼ਨ ਸਿੰਘ ਰਾਏ ਜੀ ਅਤੇ ਮੇਰੀ ਬੇਟੀ ਮਨਦੀਪ ਕੌਰ ਰਾਏ ਜੀ ਚੰਡੀਗੜ੍ਹ ਫੈਸ਼ਨ ਡਿਜ਼ਾਇਨਿੰਗ ਦਾ ਕੋਰਸ ਕਰਦੀ ਹੈ ਜੀ। ਅਸੀਂ ਇਹ ਕੋਰੋਨਾ ਨੂੰ ਦੇਖਦੇ ਹੋਏ ਛੁੱਟੀਆਂ ਪੈ ਗਈਆਂ ਜੀ, ਛੁੱਟੀਆਂ ਨੂੰ ਹੁੰਦੇ ਹੋਏ ਜੀ ਵਿਹਲੀ ਸੀਗੀ, ਵਿਹਲੀ ਹੋਣ ਕਾਰਨ ਮੈਂ ਸੋਚਿਆ ਮੈਂ ਕਿਹਾ ਜੀ ਚਲੋ ਅਸੀਂ ਇਹ ਪਰਾਲਾ ਕਰ ਲਈਏ। ਮੈਂ ਬੇਟੀ ਨਾਲ ਗੱਲਬਾਤ ਕੀਤੀ, ਬੇਟੀ ਕਹਿੰਦੀ ਠੀਕ ਆ ਡੈਡੀ ਜੀ, ਵੀ ਮੈਂ ਇਹਨਾਂ ਨੂੰ ਸਮਾਨ ਲਿਆ ਕੇ ਦਿੱਤਾ ਜੀ। ਸਮਾਨ ਜਦੋਂ ਲਿਆਂਦਾ ਜੀ ਅਤੇ ਫਿਰ ਅਸੀਂ ਬਣਾਉਣਾ ਸੀ 1000 ਤਾਂ, ਪਰ ਸਾਨੂੰ 500 ਦਾ ਹੀ ਕੱਪੜਾ ਲੀੜਾ ਮਿਲਿਆ ਜੀ। ਸਾਨੂੰ ਸਮਾਨ ਲੈਣ ਦੀ ਬੜੀ ਕਿੱਲਤ ਜੀ ਆਈ ਜੀ। ਫਿਰ ਬੇਟੀ ਨੇ 500 ਤਿਆਰ ਕਰ ਦਿੱਤਾ ਜੀ। ਕੱਲ ਨੂੰ ਜਾਂ ਪਰਸੋਂ ਨੂੰ ਅਸੀਂ ਜੀ ਡਿਪਟੀ ਸਾਹਿਬ ਦੇ ਅਸੀਂ ਇਹ ਦੇ ਕੇ ਆਉਂਗੇ, ਕਿਉਂਕਿ ਹਰ ਇੱਕ ਬੰਦੇ ਨੂੰ ਅੱਜ ਕੋਰੋਨਾ ਦੇ ਮਾਰਨ ਇਹ ਮਾਸਕਾਂ ਦੀ ਬਹੁਤ ਜ਼ਰੂਰਤ ਹੈ ਜੀ। ਬਹੁਤ ਘੱਟ ਪੈ ਰਹੀ ਹੈ ਜੀ, ਕਿਉਂ ਇਹ ਮਿਲ ਨਹੀਂ ਰਹੇ ਜੀ। ਮੈਂ ਵੀ ਲੈਣ ਗਿਆ ਸੀਗਾ, ਮੈਂ ਦੇਣੇ ਸੀਗੇ ਪਿੰਡ ਵਿੱਚ, ਪਰ ਮਿਲੇ ਨਹੀਂ ਹੈਗੇ। ਪਰ ਮੈਂ ਸੋਚਿਆ ਫਿਰ ਮਖਾ ਜੀ ਅਸੀਂ ਆਪੇ ਘਰਾਂ ਤਿਆਰ ਕਰਾਈਏ ਜੀ। ਅਸੀਂ ਫਿਰ ਮੇਰੀ ਬੇਟੀ ਨੇ ਤਿਆਰ ਹੋ ਕੇ ਫਿਰ ਮੇਰੇ ਨਾਲ ਮੇਰੇ ਚਾਚੇ ਦਾ ਲੜਕਾ ਜੀ, ਮੈਂ 2 ਹੋਰ 3 ਬੇਟੀਆਂ ਨਾਲ ਲਾ ਕੇ ਜੀ ਇਹ ਮੈਂ ਤਿਆਰ ਕਰਵਾ ਰਿਹਾ। ਤਿਆਰ ਕਰਵਾ ਕੇ ਜੀ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਜੀ ਮੈਂ ਇਹ ਡਿਪਟੀ ਸਾਹਿਬ ਨੂੰ ਦੇਵਾਂਗਾ ਅਤੇ ਡਿਪਟੀ ਸਾਹਿਬ ਅੱਗੇ ਫਿਰ ਪ੍ਰਸ਼ਾਸਨ ਨੂੰ ਦਊਂਗੇ, ਫਿਰ ਜਿਹਨੂੰ ਵੀ ਲੋੜ ਪਈ ਵੀ ਉਹ ਉੱਥੇ ਵੰਡਣਗੇ ਜੀ। ਭਾਈ ਖਾਲਸਾ ਵਾਲੇ ਫਤਿਹ ਜੀ। ਹਾਂ, ਬਹੁਤ ਵਧੀਆ ਗੱਲ ਹੈ ਜੀ। ਆਸਕ ਜਿੱਦਾਂ ਕਿ ਲੰਗਰ ਲੱਗੇ ਹੋਏ ਨੇ, ਰੋਟੀ ਦੇ ਲੰਗਰ ਲੱਗੇ ਹੋਏ, ਇਸ ਤਰ੍ਹਾਂ ਹੀ ਮਾਸਕ ਦੀ ਵੀ ਬੜੀ ਲੋੜ ਹੈ, ਕਿਉਂਕਿ ਇਹ ਮੂੰਹ ਤੇ ਲਾਉਣਾ ਬੜਾ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਬਾਹਰ ਭੀੜ ਭੜੱਕੇ ਵਾਲੇ ਇਲਾਕੇ ਵੀ ਜਾਣਾ ਹੋਵੇ ਤਾਂ ਇਸ ਨੂੰ ਮੂੰਹ ਤੇ ਲਾ ਕੇ ਜਾਣਾ ਚਾਹੀਦਾ ਹੈ। ਧੰਨਵਾਦ ਜੀ। ਹਾਂਜੀ, ਮਨਦੀਪ ਕੌਰ ਜੀ ਸਾਡੇ ਨਾਲ ਹੈ, ਜਿਹੜੇ ਫੈਸ਼ਨ ਡਿਜ਼ਾਇਨਰ ਦਾ ਜਿਹੜਾ ਕੰਮ ਕਰਦੇ ਹਾਂ ਅਤੇ ਇਸ ਦਾ ਫੈਸ਼ਨ ਡਿਜ਼ਾਇਨਰ ਹੋਣ ਦੇ ਨਾਲ ਨਾਲ ਉਹਨਾਂ ਨੇ ਅੱਜ ਮਾਸਕ ਬਣਾ ਕੇ ਪ੍ਰਸ਼ਾਸਨ ਨੂੰ ਦੇਣ ਦਾ ਉਪਰਾਲਾ ਕੀਤਾ। ਹਾਂਜੀ ਮਨਦੀਪ ਕੌਰ ਜੀ, ਤੁਸੀਂ ਦੱਸੋ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋਇਆ ਇਸ ਤਰ੍ਹਾਂ ਦਾ ਕੰਮ ਕਰਨਾ? ਹਾਂਜੀ, ਅਸੀਂ ਵਿਹਲੇ ਸੀਗੇ, ਅਸੀਂ ਸੋਚਿਆ ਅਸੀਂ ਲੋਕਾਂ ਦੀ ਮਦਦ ਕਰੀਏ ਅਤੇ ਸਾਡੇ ਘਰ ਕੁਛ ਨਵੇਂ ਕੱਪੜੇ ਪਏ ਸੀ ਅਤੇ ਅਸੀਂ ਸੋਚਿਆ ਵੀ ਲੋਕਾਂ ਲਈ ਅਸੀਂ ਮਾਸਕ ਤਿਆਰ ਕਰੀਏ। ਕਿੰਨੇ ਤਿਆਰ ਕਰਤੇ ਹੁਣ ਤੱਕ? ਅਸੀਂ 500 ਲਗਭਗ ਤਿਆਰ ਹੋ ਚੁੱਕੇ ਹਨ। ਹਾਂਜੀ, ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਵਿਹਲੇ ਆ ਉਹ ਆਪਣੇ ਘਰ ਬੈ ਕੇ ਲੋਕਾਂ ਦੀ ਮਦਦ ਕਰਨ। ਹਾਂਜੀ, ਬਾਕੀ ਸਾਰੇ ਲੋਕ ਆਪਣੇ ਘਰ ਬੈਠਣ ਕੋਰੋਨਾ ਕਰਕੇ। ਇਹਨਾਂ ਦਾ ਬਹੁਤ ਵਧੀਆ ਆਈਡੀਆ ਹੈ ਇਹਨਾਂ ਦਾ ਲੋਕਾਂ ਵਾਸਤੇ ਵੀ, ਕਿ ਜੇ ਅੱਜ ਜਿਹੜੀ ਬਿਮਾਰੀ ਜਿਹੜੀ ਹੈ ਬਿਲਕੁਲ ਇੱਕੋ ਹੀ ਲੋਕਡਾਊਨ ਦਾ ਹੀ ਸਭ ਤੋਂ ਵੱਡਾ ਇਹਨਾਂ ਦਾ ਇਹਦੇ ਵਿੱਚ ਬਚਣ ਦਾ ਕਾਰਨ ਹੈ। ਸਾਨੂੰ ਸਭ ਨੂੰ ਘਰੇ ਬੈਠ ਕੇ ਹੀ ਇਸ ਬਿਮਾਰੀ ਤੋਂ ਸਾਹਮਣਾ ਕਰਨਾ ਪਵੇਗਾ। ਪਰ ਬੜੀ ਵੱਡੀ ਗੱਲ ਇਹ ਵੀ ਜ਼ਰੂਰ ਹੈ ਕਿ ਘਰਾਂ ਦੇ ਵਿੱਚ ਬੈਠ ਕੇ ਵੀ ਕੋਈ ਤੁਸੀਂ ਵੀ ਕਈ ਤਰ੍ਹਾਂ ਦੇ ਕੰਮ ਕਰ ਸਕਦੇ ਹੋ, ਜਿਵੇਂ ਕਿ ਬੇਟੀ ਨੇ ਤੁਹਾਨੂੰ ਦੱਸਿਆ ਹੈ। ਅਤੇ ਅਸੀਂ ਵੀ ਸਾਡੇ ਰੋਪੜ ਟੀਮ ਵੱਲੋਂ ਵੀ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਸਭ ਨੂੰ ਕਿ ਲੋਕਡਾਊਨ ਦਾ ਜਿਹੜਾ ਬਿਲਕੁਲ ਸਨਮਾਨ ਕਰੋ ਜੇ ਪੁਲਿਸ ਵਾਲੇ। ਤੇ ਅਸੀਂ ਇਹਨਾਂ ਦੀ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਬਈ ਮਾਤਾ ਜੀ ਦੇ ਕੀ ਵਿਚਾਰ ਹਨ, ਆਪ ਕੋ ਚੱਲਦੇ ਹਾਂ ਜੀ। ਹਾਂਜੀ, ਇਸ ਬੇਟੀ ਦੇ ਮਾਤਾ ਜੀ ਸਾਡੇ ਨਾਲ। ਹਾਂਜੀ ਮਾਤਾ ਜੀ, ਤੁਸੀਂ ਸਤਿ ਸ਼੍ਰੀ ਅਕਾਲ ਪਹਿਲਾਂ ਸਾਡੇ ਵੱਲੋਂ, ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ? ਅਸੀਂ ਤਾਂ ਜੀ ਮੇਰੀ ਬੇਟੀ ਨੇ ਬਹੁਤ ਵਧੀਆ ਉਪਰਾਲਾ ਕੀਤਾ, ਅਸੀਂ ਇਹਨਾਂ ਦੀ ਮਦਦ ਕੀਤੀ ਆ, ਨਾਲ ਬਣਾਇਆ ਮਾਸਕ
ਤਿਆਰ ਕੀਤੇ ਆ, ਅਸੀਂ ਆਪਣਾ ਲੋਕ ਪ੍ਰਸ਼ਾਸਨ ਰੂਪਨਗਰ ਨੂੰ ਭੇਜੂਗੇ, ਲੋੜਵੰਦਾਂ ਨੂੰ ਵੰਡ ਸਕਣ। ਹਾਂਜੀ, ਘਰ ਵਿਹਲੇ ਸੀ ਅਸੀਂ, ਅਸੀਂ ਸੋਚਿਆ ਵੀ ਅਸੀਂ ਕੋਈ ਕੰਮ ਕਰੀਏ ਘਰ ਬਹਿ ਕੇ ਜੀ। ਹਾਂਜੀ, ਥੈਂਕ ਯੂ ਜੀ। ਤੇ ਠੀਕ ਹੈ, ਇਹਨਾਂ ਵੱਲੋਂ ਵੀ ਇਹੀ ਹੈ ਵੀ ਘਰ ਬੈਠੇ ਹਾਂ ਤਾਂ ਇਸ ਤਰ੍ਹਾਂ ਦੇ ਕੰਮ ਕੀਤੇ ਜਾ ਸਕਦੇ ਹਨ। ਜਿਹੜੇ ਅੱਜ ਬਲੈਕ ਖੋਰ ਜਿਹਨੂੰ ਆਪਾਂ ਕਹਿੰਦੇ ਹਾਂ, ਬਲੈਕ ਵਿੱਚ ਸਮਾਨ ਵੇਚ ਰਹੇ ਹਾਂ, ਉਹਨਾਂ ਨੂੰ ਸਬਕ ਤਾਂ ਵੀ ਸਿਖਾਇਆ ਜਾ ਸਕਦਾ ਜੇ ਤੁਸੀਂ ਆਪਣਾ ਸਮਾਨ ਵੱਧ ਤੋਂ ਵੱਧ ਸਟੋਰਾਂ 'ਤੇ ਜਾਂ ਪ੍ਰਸ਼ਾਸਨ ਨੂੰ ਇਹਨਾਂ ਨੂੰ ਮੁਹੱਈਆ ਕਰਾਇਆ ਜਾਵੇ। ਮੈਂ ਕੈਮਰਾਮੈਨ ਆਕਾਸ਼ ਨਾਲ ਸ਼ਮਸ਼ੇਰ ਬਗ